वाहिगुरु जी का खालसा, श्री वाहिगुरु जी की फतेह। सतगुरु दे प्रेम दे प्यासियो, गुरमुख प्यारियो, आपां अज ब्रह्म ज्ञानियां दी याद विच सतगुरां दे प्रेम अंदर एकत्र होए हां। स्वामी महाराज जी की पवित्र शख्सियत नूं, उन्हां दे अमर जीवन नूं कौन नहीं जानता, क्योंकि उन्हां दे जीवन तो सब तरह इस समय की दुनिया नूं लाहा प्राप्त होया। सब तो पहला भी प्रसन्न असी भी हम गुरु संगत जीओ, जिन्नी कु स्वामी जी ने सानू मत बोध बख्शी है असी सोडे पावन दर्शन करने हैं। पहला असी गुरगद्दी वालों स्वामी जी का रूप समझ के सारी गुरु संगत नू नमस्कार करते हैं। असी सोडे चरणा विच इन्हों वर्म ज्ञानियों का अमर जीवन पेश करते हैं। इस रैवर का जीवन नवे होंगे है, इस महफिल उन्होंने भी पता लगे भी इस धाम की महानता है, इस तख्त का की महात्म है, इस भूमि ते की ऐसी कोई शक्ति है, कादी सगंध है जो सब दे दिलों नू जितदी है। पर पहला अपना सारे जाने इस दरबार वाले दे चरणा विच नमस्ते करिए। सील सोहणिया दे दीदार सानू, असी तेरी तस्वीर नू लोच दे हां। सील सोहणिया दे दीदार सानू, ते साडे दिलां दी पाक निवाज है तू। थोड़े दर्शनां विलाया हाल होए, ते साडे गमां दा वैद इलाज है तू। थोड़े दर्शनां बिलाली सब थोड़े दर्शना बिलाली सवार आउंदा, साडे दिलां दा सोहणिया राज है तू। ओह तल है दिल दरबार सिंगा, ते जेड़े दिलां दी सुने आवाज है तू। अंतर जामी सतगुरु वार वार बरनामा, अपने वाले निदान दी लाज रखी भगवान। हो दर्शन दे जाते साना यकिया, असी आसा आप दे उपर रखिया। जी आसा करो पूरिया स्वामी मेरिया, आ जा दिल जानी आयो डिका तेरिया। दे जा तेरे साना यकिया, असी आसा आप दे उपर रखिया। जी आसा करो पूरिया स्वामी मेरिया, उतया सिक बथेरे ने मेरा मन मोलिया हुशन तेरे ने। जिसे पता सलावा केड़िया में केड़िया में केड़िया में केड़िया, आजा दिल जानिया ओडिका तेरिया। दर्शन दे प्यासे फिर दे
ਹੋਏ ਜਾਗੀ ਬੱਲੀਓ ਨਰਸ ਫਿਰਦੇ ਜੀ ਇੱਕ ਤੇਰੀ ਓਟ ਕਹਿੰਦੇ ਇੱਕ ਤੇਰੀ ਓਟ ਸਭੇ ਟਾਈਆਂ ਟੇਰੀਆਂ ਜੀ ਸਭੇ ਟਾਈਆਂ ਟੇਰੀਆਂ ਆ ਜਾ ਦਿਲ ਜਾਨੀ ਆਇਓ ਡੀਕਾਂ ਤੇਰੀਆਂ ਹੁੰਦੀ ਦਿਲ ਦੀ ਕਿਉਂ ਨੀ ਇਸ਼ਿਆ ਸਾਡੇ ਕੀ ਪ੍ਰੇਮ ਚ ਫਰਕ ਦਿਸਿਆ ਉਹ ਜਿਹੜੀ ਗੱਲੋਂ ਇੰਨੀਆਂ ਲਗਾਈਆਂ ਦੇਰੀਆਂ ਜੀ ਲਗਾਈਆਂ ਦੇਰੀਆਂ ਆ ਜਾ ਦਿਲ ਜਾਨੀ ਆਇਓ ਡੀਕਾਂ ਤੇਰੀਆਂ ਲਗਨ ਇਸ਼ਕ ਲਰਦੀ ਮੁੱਕੇ ਨਾ ਮੰਜਲੇ ਪ੍ਰੇਮ ਸ਼ਰਦੀ ਜੀ ਕਿੱਕਰ ਮਕਾਈਏ ਮੰਜਲਾਂ ਲਾਂਬੇਰੀਆਂ ਜੀ ਮੰਜਲਾਂ ਲਾਂਬੇਰੀਆਂ ਆ ਜਾ ਦਿਲ ਜਾਨੀਆਂ ਓ ਡਿੱਕਾਂ ਤੇਰੀਆਂ ਚਿਰ ਕੀਤਾ ਸਬਰੇ ਨਸੀਬਾਂ ਤੇ ਕਰ ਲੈ ਤੂੰ ਹੁਣ ਤਰਸ ਗਰੀਬਾਂ ਤੇ ਜੀ ਕਰੀ ਜਾਨੇ ਨਿੱਤ ਯਾਰ ਜਾਂ ਬਥੇਰੀਆਂ ਜੀ ਯਾਰ ਜਾਂ ਬਥੇਰੀਆਂ ਆ ਜਾ ਦਿਲ ਜਾਨੀਆਂ ਓ ਡਿੱਕਾਂ ਤੇਰੀਆਂ ਤੂੰ ਕੀ ਪ੍ਰੇਮ ਦੇਸ ਦਾ ਪਤਾ ਨੀ ਕੀ ਕੱਢੇਗਾ ਨਤੀਜਾ ਇਸ ਦਾ ਉਹ ਤੇਰੇ ਲਾਲ ਪੈ ਗਈਆਂ ਪਰੀਤਾਂ ਜਿਹੜੀਆਂ ਜੀ ਪਰੀਤਾਂ ਜਿਹੜੀਆਂ ਆ ਜਾ ਦਿਲ ਜਾਨੀਆਂ ਓ ਡਿੱਕਾਂ ਤੇਰੀਆਂ ਸਰਕਾਰਾਂ ਹੁਣ ਪਾਸ ਦੀਦੀਆਂ ਤੇਰੇ ਬਿਨਾਂ ਮਹਿਫਲਾਂ ਉਦਾਸ ਦੀਦੀਆਂ ਜੀ ਲੱਗਦੀਆਂ ਹੈ ਨੀ ਰੌਣਕਾਂ ਚੰਗੇਰੀਆਂ ਆ ਜਾ ਦਿਲ ਜਾਨੀਆਂ ਓ ਡਿੱਕਾਂ ਤੇਰੀਆਂ ਕਿਸੇ ਸੁਣਾ ਦਿਲ ਜਾਨੀਆਂ ਬਿਨਾਂ ਤੇਰੇ ਜਸ ਬਰਮ ਗਿਆਨੀਆਂ ਬਿਨਾਂ ਜੀ ਕਰੀਆਂ ਬਹੁਤ ਬੀਤਣ ਖੇਰੀਆਂ ਬੀਤਣ ਖੇਰੀਆਂ ਆ ਜਾ ਦਿਲ ਜਾਨੀਆਂ ਓ ਡਿੱਕਾਂ ਤੇਰੀਆਂ ਤੇਰੇ ਨਾਮ ਦੇ ਬਰਾਗੀ ਫਿਰਦੇ ਦਿਲੋਂ ਮੇਰਾ ਤੇਰਾ ਨੂੰ ਤਿਆਗੀ ਫਿਰਦੇ ਜੀ ਤੇਰੇ ਆਸ਼ਕਾਂ ਨੇ ਮੰਜਲਾਂ ਲਾਂਬੇਰੀਆਂ ਆ ਜਾ ਦਿਲ ਜਾਨੀਆਂ ਓ ਡਿੱਕਾਂ ਤੇਰੀਆਂ ਤੇਰੇ ਪ੍ਰੇਮ ਚ ਲਗਾਈ ਤਾੜੀਆਂ ਤੇਰੀਆਂ ਹੀ ਬਾਤਾਂ ਤੇਰੀਆਂ ਹੀ ਗੱਲਾਂ ਲੱਗਣ ਪਿਆਰੀਆਂ ਜੀ ਹੋਰ ਗੱਲਾਂ ਦੂਜੀਆਂ ਕਰਨ ਕਿਹੜੀਆਂ ਜੀ ਕਰਨ ਕਿਹੜੀਆਂ ਆ ਜਾ ਦਿਲ ਜਾਨੀਆਂ ਓ ਡਿੱਕਾਂ ਤੇਰੀਆਂ ਕਿਹੋ ਜਿਹਾ ਪ੍ਰੇਮ ਪਾ ਗਿਆ ਗਿੰਦਰ ਜਹਾਂ ਨੂੰ ਬਾਂਬਰੇ ਬਣਾ ਗਿਆ ਤੇਰੇ ਹੀ ਬੈਰਾਗ ਦੀਆਂ ਬਾਤਾਂ ਛੇੜੀਆਂ ਜੀ ਅਸੀਂ ਬਾਤਾਂ ਛੇੜੀਆਂ ਆ ਜਾ ਦਿਲ ਜਾਨੀਆਂ ਓ ਡਿੱਕਾਂ ਤੇਰੀਆਂ ਗੁਰਸੰਗਤ ਜੀਓ ਇਸ ਮੰਗਲਾਚਰਨ ਵਿੱਚ ਹੀ ਸਵਾਮੀ ਜੀ ਦੇ ਸਰਧਾਲੂ ਸਿੱਖਾਂ ਨੇ ਆਪੋ ਆਪਣੀ ਸਰਧਾ ਦੇ ਪੁਸ਼ਪ ਇਸ ਦਰਬਾਰ ਵਿੱਚ ਭੇਟਾ ਕੀਤੇ ਹੈ। ਗੁਰਸੰਗਤਾਂ ਦੀ ਸਰਧਾ ਸੱਚਖੰਡ ਵਿੱਚ ਮਨਜ਼ੂਰ ਕਰਨ। ਅੱਜ ਦੇ ਸਿੱਖ ਬਾਲਮੀਕ ਇਹ ਵੀ ਦੇਗ ਵਿੱਚ ਮਾਇਆ ਇਕੱਠੀ ਕਰਕੇ ਹਿੱਸਾ ਪਾ ਕੇ ਗਏ। ਸਵਾਮੀ ਜੀ ਸਭ ਗੁਰਸੰਗਤਾਂ ਨੂੰ ਸਭ ਤਰ੍ਹਾਂ ਹੀ ਚੜ੍ਹਦੀਆਂ ਕਲਾ ਵਿੱਚ ਰੱਖਣ। ਲੋਕ ਹੋਰ ਬਿਆਨ ਦਾਨੀਆਂ ਭਾਈਆਂ ਵੀਰਾਂ ਨੇ ਮਾਤਾ ਭੈਣਾਂ ਨੇ ਇਸ ਮੰਗਲਾਚਰਨ ਦਾ ਸਤਿਕਾਰ ਕੀਤਾ ਹੈ। ਅਸੀਂ ਸਾਰੇ ਦਾਨੀ ਵੀਰਾਂ ਦਾ ਆਪਣੇ ਹਿਰਦੇ 'ਚੋਂ ਧੰਨਵਾਦ ਕਰਦੇ ਹਾਂ। ਦੂਸਰੀ ਕਵਿਤਾ ਅਸੀਂ ਜਿੰਨੀ ਕਵਿਤਾ ਬੋਲਾਂਗੇ ਗੁਰਸੰਗਤ ਜੀ ਉਹ ਜੀ ਤੁਸੀਂ ਯਾਦ 'ਚ ਆਏ ਹੋ ਜਿਹਦੇ ਜਹਦੇ ਤੁਸੀਂ ਪਿਆਸੇ ਹੋ ਜਿਨ੍ਹਾਂ ਦੇ ਪ੍ਰੇਮ ਵਿੱਚ ਤੁਸੀਂ ਸਮਾਧੀਆਂ ਲਾਈ ਬੈਠੇ ਹੋ ਸਹਿ ਸਮਾਧੀਆਂ। ਮਹਾਰਾਜ ਜੀ ਨੇ ਫੈਸਲਾ ਕੀਤਾ ਅਕਾਲ ਪੁਰਖ ਨੇ ਗੁਰਬਾਣੀ ਦੱਸਦੀ ਹੈ
ਵੀ ਜੇ ਵੱਡੇ ਭਾਗਾਂ ਦੀ ਨਿਸ਼ਾਨੀ ਵੇਖਣੀ ਹੋਵੇ, ਵੱਡੇ ਭਾਗ ਇਹ ਨਹੀਂ ਮਾਇਕ ਸੁੱਖੋਂ ਕੋਈ ਦੁਨਿਆਵੀ ਡਿਗਰੀ ਦਰਜਾ ਹੋਵੇ, ਇਹਨੂੰ ਵੱਡੇ ਭਾਗਾਂ ਨਾਲ ਨਹੀਂ ਕਿਹਾ ਜਾਂਦਾ। ਵੱਡੇ ਭਾਗਾਂ ਦੀ ਨਿਸ਼ਾਨੀ ਜੇ ਸਹਿ ਸਮਾਧੀਆਂ ਲੱਗਣ, ਆ ਹੈ ਸਹਿ ਸਮਾਧੀ ਸੁਣ ਮਸੂਰ ਦੇਵੇ ਵਾਲੇ ਮੱਖਣ ਸਿੰਘ ਜੀ ਪ੍ਰਸਾਦਾ, ਜੋ ਮਾਈਆਂ ਬੀਬੀਆਂ ਗੁਰੂ ਕੇ ਖੇਤਰ 'ਚ ਗੁਰੂ ਸੰਗਤਾਂ ਦੀ ਸੇਵਾ ਕਰ ਰਹੀਆਂ, ਭੋਜਨ ਪਕਾ ਰਹੀਆਂ, ਉਹ ਮਾਈਆਂ ਮਾਇਆ ਇਕੱਠੀ ਕਰਕੇ ਦੇਗ ਵਿੱਚ ਹਿੱਸਾ ਪਾ ਕੇ ਗਈਆਂ ਸਟੇਜ 'ਤੇ ਪਹੁੰਚ ਕੇ ਸਤਿਗੁਰੂ ਜੀ ਸੇਵਾ ਕਰਨ ਦਾ ਪਿਆਰ ਬਖਸ਼ਣ। ਲਓ ਗੁਰੂ ਸੰਗਤ ਜੀ, ਇੱਕ ਆਪਾਂ ਸਵਾਮੀ ਜੀ ਦੇ ਚਰਨਾਂ ਵਿੱਚ ਫੇਰ ਨਮਸਕਾਰ ਕਰੋ। ਹੁਣ ਤਾਂ ਇਹ ਸਾਹਿਤੀ ਦੇ ਚਰਨਾਂ ਵਿੱਚ ਵਾਰ ਵਾਰ ਨਮਸਕਾਰ ਕਰਨੀ ਚਾਹੀਦੀ ਹੈ। ਲੈ ਵੇਖੋ, ਬੋਲਣ ਨਾਲੋਂ ਇੱਕ ਦਿਲ ਦੀ ਵਾਹਤ ਹੁੰਦੀ ਹੈ, ਦਿਲ ਦੀ ਨਮਾਜ਼। ਉਹ ਕਿਸ਼ਤਕਾਂ ਜਿਵੇਂ ਹੁਣ ਫਰਜ਼ ਕੀਤਾ ਅਸੀਂ ਹਰੇ ਰਾਮ ਕਹੀਏ, ਤੁਹਾਡਾ ਦਿਲ ਕਹੇ ਜਾਂ ਤੁਹਾਡਾ ਦਿਲ ਉੱਥੇ ਪਹੁੰਚਿਆ ਹੋਵੇ, ਨਾਲ ਲੱਗਿਆ ਹੋਵੇ ਹਰੇ ਰਾਮ ਦੇ, ਤੁਹਾਡਾ ਦਿਲ ਅਸੀਂ ਹਜ਼ਾਰੇ ਨਾ ਕਹੀਏ, ਤੁਹਾਡਾ ਇੱਕਰੇ ਬਹੁਤ। ਤੁਸੀਂ ਵਿਰਤੀ ਰੱਖਿਓ, ਹੁਣ ਸਵਾਮੀ ਮਹਾਰਾਜ ਦੀ ਟੇਕ ਰੱਖੀ ਵੀ ਹੈ ਕਿ ਸਵਾਮੀ ਦਰਬਾਰਾ ਸਿੰਘ ਨੂੰ ਨਮਸਤੇ ਸੁਣੋ ਕਿ ਕੈਸੇ ਨਮਸਤੇ ਆ। ਜੀ ਮੈਂ ਜਿਸ ਵੇਲੇ ਤੇਰੇ ਹੋ ਮੇਲੇ ਤੇ ਤੇਰਾ ਸੋਹਣਿਆ ਬਟਸਲ ਦੀਦਾਰ ਮੰਗਾ, ਨਾ ਮੈਂ ਮਾਣ ਚਾਹੁੰਦਾ ਤੇ ਨਾ ਮੈਂ ਇਨਸਾਨ ਚਾਹੁੰਦਾ, ਨਾ ਮੈਂ ਸੁਰਗ ਤੇ ਮੁਕਤ ਦੁਆਰ ਮੰਗਾ, ਥੋਡੇ ਬਚਨਾਂ ਦਾ ਰਹੇ ਸਤਕਾਰ ਸਾਨੂੰ ਤੇ ਤੈਥੋਂ ਕੁਝ ਨਾ ਹੋਰ ਦਤਾਰ ਮੰਗਾ, ਖੁਸ਼ ਹੋ ਕੇ ਬਖਸ਼ ਦਰਬਾਰ ਸਿੰਘਾ ਤੇ ਥੋਡੇ ਚਰਨਾਂ ਕਮਲਾਂ ਦਾ ਪਿਆਰ ਮੰਗਾ। ਜਾ ਸਿਗਾ ਬੇ ਜੀ ਦਾ ਤਾਰੀ ਤੀਤੇ ਅੰਬਰ, ਜਾ ਸਿਗਾ ਬੇ, ਜਾ ਸਿਗਾ ਬੇ ਜੀ ਦਾ ਤਾਰੀ ਤੀਤੇ ਅੰਬਰ, ਬਾਗਾ ਨਾ ਮਿਲੇ ਨਹੀਂ ਹੋ ਜੇ ਪਕੰਬਰ, ਉਹ ਸੀਸ ਦਿੱਤੇ ਮਿਲ ਜਾਣੇ ਤਾਂ ਵੀ ਸੱਸ ਤੇ, ਸੀਸ ਦਿੱਤੇ ਮਿਲ ਜਾਣੇ ਤਾਂ ਵੀ ਸੱਸ ਤੇ, ਸਵਾਮੀ ਦਰਬਾਰਾ ਸਿੰਘ ਨੂੰ ਨਮਸ ਤੇ, ਜੀਦਾ ਜਸ ਗਾਉਂਦਾ ਤਾਰੀ ਤੀਤੇ ਅੰਬਰ, ਜੀਦਾ ਜਸ ਗਾਉਂਦਾ ਤਾਰੀ ਤੀਤੇ ਅੰਬਰ, ਪਾਗਾ ਨਾ ਥਿਆਉਣੇ ਹੋ ਜੇ ਪਕੰਬਰ, ਉਹ ਸੀਸ ਦਿੱਤੇ ਮਿਲ ਜਾਣੇ ਤਾਂ ਵੀ ਸੱਸ ਤੇ, ਕਹਿੰਦੇ ਸੀਸ ਦਿੱਤੇ ਮਿਲ ਜਾਣੇ ਤਾਂ ਵੀ ਸੱਸ ਤੇ, ਸਵਾਮੀ ਦਰਬਾਰਾ ਸਿੰਘ ਨੂੰ ਨਮਸ ਤੇ। ਕੋਈ ਕਹਿੰਦਾ, ਕੋਈ ਕਹਿੰਦਾ ਬਾਰਵਾਂ ਦਾ ਅਵਤਾਰ ਸੀ, ਕੋਈ ਕਹਿੰਦਾ, ਕੋਈ ਕਹਿੰਦਾ ਬਰਮਾਂ ਦਾ ਅਵਤਾਰ ਸੀ, ਕੋਈ ਕਹਿੰਦਾ ਉਹਨੂੰ ਵੀ ਰਚਨਹਾਰ ਸੀ, ਉਹ ਆਪ ਆਉਣ ਵਾਸਤੇ ਕਮਰੇ ਕਸ ਤੇ, ਫਿਰ ਆਪ ਆਉਣ ਵਾਸਤੇ ਕਮਰੇ ਕਸ ਤੇ, ਸਵਾਮੀ ਦਰਬਾਰਾ ਸਿੰਘ ਨੂੰ ਨਮਸ ਤੇ। ਕੋਈ ਕਹਿੰਦਾ ਵਿਸ਼ਨੂੰ ਦਾ ਅਵਤਾਰ ਸੀ, ਕੋਈ ਕਹਿੰਦਾ ਵਿਸ਼ਨੂੰ ਦਾ ਅਵਤਾਰ ਸੀ, ਉਹਨਾਂ ਦੇ ਵਿਚਾਰ ਵੇਦਾਂ ਤੋਂ ਬਾਹਰ ਸੀ, ਉਹ ਪੜੇ ਮੈਂ ਗ੍ਰੰਥਾਂ ਦੇ ਬਥੇਰੇ ਬਸ ਤੇ, ਪੜੇ ਮੈਂ ਗ੍ਰੰਥਾਂ ਦੇ ਬਥੇਰੇ ਬਸ ਤੇ, ਸਵਾਮੀ ਦਰਬਾਰਾ ਸਿੰਘ ਨੂੰ ਨਮਸ ਤੇ। ਕੋਈ ਸੋਨੂੰ ਰਾਮ ਭਗਵਾਨ ਕਹਿੰਦਾ ਸੀ, ਕੋਈ ਸੋਨੂੰ, ਕੋਈ ਸੋਨੂੰ ਰਾਮ ਭਗਵਾਨ ਕਹਿੰਦਾ ਸੀ, ਬੰਸਰੀ ਵਜਈਆ ਕੋਈ ਕਾਨ ਕਹਿੰਦਾ ਸੀ, ਉਹ ਕਿਸੇ ਨੇ ਤਾਂ ਖੁਦ ਨੇ ਕਲੰਕ ਦੱਸ ਤੇ, ਕਿਸੇ ਨੇ ਤਾਂ ਖੁਦ ਨੇ ਕਲੰਕ ਦੱਸ ਤੇ, ਸਵਾਮੀ ਦਰਬਾਰਾ ਸਿੰਘ ਨੂੰ ਨਮਸ ਤੇ।
ਤਿਆਂ ਦੀਆਂ ਇਹੋ ਹੈ ਪਛਾਣਾ ਦਿਲ ਤੋਤਿਆਂ ਦੀਆਂ ਲੱਗ ਗਈਆਂ ਤਾੜੀਆਂ ਸਰੋਤਿਆਂ ਦੀਆਂ ਬੜੀ ਖੁਸ਼ ਸੰਗਤ ਤੁਮਾਰੇ ਜਸ ਤੇ ਹਾਂ ਬੜੀ ਖੁਸ਼ ਸੰਗਤ ਤੁਮਾਰੇ ਜਸ ਤੇ ਸਵਾਮੀ ਦਰਬਾਰਾ ਸਿੰਘ ਨੂੰ ਨਮਸਤੇ ਪ੍ਰੇਮ ਵਾਲਿਆਂ ਦਾ ਲੱਗ ਸੀ ਸੱਚਿਓ ਪ੍ਰੇਮ ਵਾਲਿਆਂ ਦੇ ਲਾਗੂ ਸੀ ਇਹ ਅਵਤਾਰ ਆਰਫਾਂ ਦਾ ਆਗੂ ਸੀ ਓ ਗਿੰਦਹਿਰਾਂ ਨੂੰ ਪਾਤਾ ਹੈ ਜਿਨ੍ਹਾਂ ਨੇ ਰਸ ਤੇ ਆ ਕੇ ਗਿੰਦਹਿਰਾਂ ਨੂੰ ਪਾਤਾ ਹੈ ਜਿਨ੍ਹਾਂ ਨੇ ਰਸ ਤੇ ਸਵਾਮੀ ਦਰਬਾਰਾ ਸਿੰਘ ਨੂੰ ਨਮਸਤੇ ਸਵਾਮੀ ਦਰਬਾਰਾ ਸਿੰਘ ਨੂੰ ਨਮਸਤੇ ਕਵਿਤਾ ਚ ਆਪ ਸੁਣੋਗੇ ਕਿ ਕਿਹੜੇ ਗੁਣਾਂ ਨੂੰ ਨਮਸਕਾਰ ਹੈ ਗੁਰਸੰਗਤ ਜੀਓ ਸਵਾਮੀ ਮਹਾਰਾਜ ਦੀ ਬਹੁਤ ਨਿਧਾਨ ਉਮਰ ਸੀ ਜਦੋਂ ਇਸ ਨਗਰ ਵਿੱਚ ਬਰਮ ਗਿਆਨੀ ਮਿਹ ਸਿੰਘ ਮਹਾਰਾਜ ਜੀ ਹੋਏ ਹਨ ਜਿਨ੍ਹਾਂ ਨੇ 12 ਸਾਲ ਨਾਲ ਅੰਨ ਨਹੀਂ ਛਕਿਆ ਔਰ ਗੰਭੀਰ ਰਹੇ ਹੈ ਕਿਸੇ ਨਾਲ ਨਹੀਂ ਬੋਲੇ ਤਾਂ ਨਾ ਕਿਸੇ ਨਾਲ ਜੇ ਕੋਈ ਉਹਨਾਂ ਦੇ ਰਾਜ ਯੋਗ ਦਾ ਧਨੀ ਮਿਲਦਾ ਉਹਨਾਂ ਨੂੰ ਜਿੱਦੇ ਮਿਲੇ ਮਹਾਰਾਜ ਜੀ ਨੇ ਦੱਸਿਆ ਅਸੀਂ ਕਹਿੰਦੇ ਨਮਸਕਾਰ ਕਰਕੇ ਹਜੇ ਬੈਠੇ ਸੀ ਉਹਨਾਂ ਦੇ ਚਿਹਰੇ ਵੱਲ ਤੱਕ ਰਹੇ ਸੀ ਤਾੜੀ ਤੇ ਤਾੜੀ ਮਾਰ ਕੇ ਹੱਸੇ ਇਹ ਸਾਰੀ ਕਥਾ ਸਵਾਮੀ ਜੀ ਦੀ ਉਸ ਵਰਸੀ ਤੇ ਸੁਣਾਵਾਂਗੇ ਉਹਨਾਂ ਦਾ ਜੀਵਨ ਹੈ ਆਪਾਂ ਸੁਣਾਉਣਾ ਸਵਾਮੀ ਦਰਬਾਰਾ ਸਿੰਘ ਮਹਾਰਾਜ ਦਾ ਜੀਵਨ ਮਹਾਰਾਜ ਮਿਹ ਸਿੰਘ ਜੀ ਸਵਾਮੀ ਦਰਬਾਰਾ ਸਿੰਘ ਜੀ ਨੂੰ ਇੱਥੇ ਲੈ ਜਿੱਥੇ ਆਪ ਬਿਰਾਜਮਾਨ ਇਹ ਪਹਿਲਾਂ ਜਗ੍ਹਾ ਕਿਹੋ ਜਿਹੀ ਸੀ ਸ਼ਮਸ਼ਾਨ ਭੂਮੀ ਸੀ ਜੰਡ ਤੇ ਕਰੀਰਾਂ ਦੀ ਇੱਕ ਸੰਘਣੀ ਝਿੜੀ ਸੀ ਲੋਪੋ ਨਗਰ ਦੇ ਰਸਤੇ ਸੀ ਦੋ ਬਿਲਕੁਲ ਰੁਕੇ ਸੀ ਜੇ ਇੱਧਰ ਮੱਝਾਂ ਵੀ ਆ ਜਾਂਦੀਆਂ ਸੀ ਨਾ ਗੋਵਾਂ ਕੋਈ ਮੋੜ ਨਹੀਂ ਸੀ ਆਉਂਦਾ ਵੱਡੇ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀ ਨੂੰ ਇਸ ਜਗ੍ਹਾ ਲੈ ਆਏ ਇਹਨਾਂ ਨੂੰ ਪੰਡਿਤ ਕਹਿ ਕੇ ਬੁਲਾਉਂਦੇ ਹੁੰਦੇ ਸੀ ਕਹਿੰਦੇ ਪੰਡਿਤ ਕਹਿੰਦੇ ਆਹ ਜਗ੍ਹਾ ਸੋਨੂੰ ਪਸੰਦ ਆ ਸਵਾਮੀ ਜੀ ਵੇਖੋ ਕੀ ਵਚਨ ਬੋਲੇ ਕਹਿੰਦੇ ਮਹਾਰਾਜ ਇਹ ਤਾਂ ਜਗ੍ਹਾ ਸਾਫ ਆ ਜੇ ਆਪ ਕਾ ਹੁਕਮ ਹੋਵੇ ਮੈਂ ਖੂਹ ਵਿੱਚ ਬੈਠਣ ਨੂੰ ਤਿਆਰ ਹਾਂ ਅਜੇ ਮਹਾਰਾਜ ਦੀ ਉਸ ਵੇਲੇ ਉਮਰ ਸਿਰਫ 16-17 ਸਾਲ ਦੀ ਉਮਰ ਸੀ ਚੰਗਾ ਬੜੇ ਖੁਸ਼ ਹੋਵੇ ਔਰ ਘੁੱਟ ਕੇ ਕੰਠ ਨਾ ਲਾ ਲਿਆ ਆਉਣ ਵਾਲਾ ਸਾਰਾ ਭਵਿੱਖ ਸਮਾਂ ਮਹਾਰਾਜ ਨੇ ਉਹਦੇ ਕੇ ਦੱਸ ਦਿੱਤਾ ਸੀ ਜਦੋਂ ਸਵਾਮੀ ਜੀ ਮਾਤ ਲੋਕ ਛੱਡ ਗਏ ਚੋਲਾ ਬਦਲ ਗਏ ਤੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਅਸੀਂ ਕਥਾ ਸੁਣਨ ਆਉਂਦੇ ਹੁੰਦੇ ਸੀ ਸਵਾਮੀ ਜੀ ਦੀ ਅੱਗੇ ਸੰਗਤਾਂ ਇੱਕ ਦਿਨ ਪਹਿਲਾਂ ਹੀ ਆ ਜਾਂਦੀਆਂ ਸੀ ਜਿਵੇਂ ਕੱਲ੍ਹ ਦੀਵਾਨ ਲੱਗਾ ਅਤੇ ਮਹਾਰਾਜ ਜੀ ਨੇ ਆਪ ਕਥਾ ਕਰਦੇ ਹੁੰਦੇ ਸੀ ਨਾ ਇਹ ਤਾਂ ਮਹਾਰਾਜ ਜੀ ਨੇ ਕਥਾ ਕਰੀ ਜਾਣੀ ਨਾ ਇਹ ਨੈਣਾਂ 'ਚੋਂ ਬਰਾਗ ਦੇ ਹੰਝੂ ਡਿੱਗੀ ਜਾਣ ਮੈਂ ਬਹੁਤ ਵੇਰਾ ਸਵਾਮੀ ਜੀ ਦੇ ਮੁਖਾਰਬਿੰਦ ਤੋਂ ਆਹ ਲਫ਼ਜ਼ ਸੁਣਿਆ ਉਹਨਾਂ ਨੇ ਕਹਿਣਾ ਗੁਰੂ ਸੰਗਤ ਜੀਓ ਜਦੋਂ ਸਵਾਮੀ ਮਹਾਰਾਜ ਸਾਨੂੰ ਦਿਸਣੋਂ ਹਟ ਗਏ ਸੀ ਕਹਿੰਦੇ ਸਾਨੂੰ ਆਹ ਸਾਰੀ ਦੁਨੀਆ ਹਨੇਰਾ ਹਨੇਰਾ ਦਿੰਦਾ ਸੀ ਸਾਰੀ ਦੁਨੀਆ ਸਾਨੂੰ ਸੁੰਨੀ ਸੁੰਨੀ ਦਿੰਦੀ ਸੀ ਅਤੇ ਫਿਰ ਉਹਨਾਂ ਦਾ ਹੁਕਮ ਪਾ ਕੇ ਇਕੱਲੇ ਬੈਠੇ ਰਹੇ ਅੰਗੀਠਾ ਸਾਹਿਬ 'ਤੇ ਦਿਨ ਰਾਤ ਜਿੱਥੇ ਸਵਾਮੀ ਜੀ ਬਹਾ ਗਏ ਸੌਖੀ ਬਾਤ ਨਹੀਂ ਇੱਕ ਉਮਰ ਨਿਧਾਨ ਇੱਕ ਵਿਛੋੜਾ ਉਹ ਦੂਜਾ ਵਰਮ ਗਿਆਨੀ ਦਾ ਪਰ ਮਹਾਰਾਜ ਜੀ ਨੂੰ ਭੈ ਬਹੁਤ ਜ਼ਿਆਦਾ ਸੀ ਨਾ ਕਿਸੇ ਨੂੰ ਭੈ ਮਹਾਰਾਜ ਜੀ ਨੇ ਦਿੱਤਾ ਅਤੇ ਨਾ ਹੀ ਕਿਸੇ ਦਾ ਲਿਆ
ਜਿਹੜਾ ਇਹ ਵਿਛੋੜੇ ਵਾਲਾ ਦੁੱਖ ਹੈ ਨਾ, ਤੁਹਾਨੂੰ ਗੁਰੂ ਸੰਗਤ ਜੀ ਪਤਾ ਵੀ ਹੈਗਾ, ਲੱਗਿਆ ਵੀ ਜਿੰਨਾ ਜਿੰਨਾ ਕਿਸੇ ਨੂੰ ਪ੍ਰੇਮ ਸੀ ਸਭ ਦੇ ਦਿਲਾਂ 'ਤੇ ਅਸਰ ਵੀ ਹੋਇਆ ਵਿਆ ਹੈ, ਪਰ ਅਵਲੜਾ ਰੋਗ ਹੈ, ਇਹਦਾ ਦਾਰੂ ਤੇ ਡਾਕਟਰ ਕੋਈ ਹੈ ਜੀਗਾ। ਇਹ ਪ੍ਰੇਮ ਆਸ਼ਕਾਂ ਨਾ ਇਹ ਨਹੀਂ ਵੀ ਹੁਣ ਤੋਂ ਹੀ ਜਿਹਨਾਂ ਨੂੰ ਇਹ ਲਾਗੀ ਲੱਗਣ ਐਵੇਂ ਹੁੰਦੀ ਆਈ। ਲੈ ਸੁਣੋ, ਸਤਿਗੁਰ ਦੀ ਯਾਦ ਵਿੱਚ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀ ਨੇ ਕੱਲਿਆਂ ਨੇ ਪਹਿਲਾਂ ਆ ਕੇ ਡੇਰਾ ਲਾਇਆ, ਦੇਖਾਂ ਭਲਾ ਤੋਏ ਤਰਫ ਖਿਆਲ ਕਰ ਲੇਕੀਆਂ ਦੇ, ਇੱਥੇ ਉੱਥੇ ਜੇ ਸੁੱਖ ਤੂੰ ਪਾਵਣਾ ਏ ਤਰਫ ਰੇਵ ਕਰਦਾ ਤੇ ਇਹਨੇ ਕਿਸੇ ਵੀ ਕਮਲਾ ਆਵਣਾ ਏ, ਕੌਰੂ ਬਾਗ ਖਜਾਨੇ ਨੂੰ ਜੋੜ ਪਾਵੇ ਤੇ ਜਾਂਦੀ ਵਾਰ ਖਾਲੀ ਹੱਥੀ ਜਾਵਣਾ ਏ, ਉਹ ਮੂਰਖਾ ਨਾਲ ਸ਼ੈਤਾਨ ਪਿਆਰ ਪਾ ਕੇ ਤੇ ਕਿਉਂ ਤੂੰ ਰੱਬ ਨੂੰ ਦਿਲਾਂ ਪੁਲਾਮਦਾ ਏ। ਵਰਮੁਗਿਆ ਨੀ ਦੀ ਕਥਾ ਸੁਣਿਓ ਨਾਲ ਧਿਆ, ਉਪਜੂ ਇਸ ਇਤਿਹਾਸ ਚੋ ਪ੍ਰੇਮ ਵਰਾਗ ਗਿਆਨ। ਮਿਤ ਸਿੰਘ ਮਹਾਰਾਜ ਜਦੋਂ ਕਰ ਗਏ ਮਾਤ ਲੋਕ ਚੋਂ ਯੋਲਾ, ਐਸੇ ਅਵਤਾਰ ਬਿਨਾ ਖਾ ਗਿਆ ਮਾਤ ਲੋਕ ਸੀ ਟੋਲਾ। ਉਹ ਇੱਕ ਦਿਲ ਦਾ ਟੁਕੜਾ ਸੀ ਉਹ ਦਿਲਦਾਰ ਗੁਣਾ ਦਾ ਗੈਲਾ, ਐਸੇ ਦਿਲ ਜਾਨੀ ਦਾ ਔਖਾ ਬਹੁਤ ਵਿਛੋੜਾ ਸਹਿਣਾ। ਮਹਾਰਾਜ ਜਦੋਂ ਕਰ ਗਏ ਮਾਤ ਲੋਕ ਚੋਂ ਓਲਾ, ਐਸੇ ਅਵਤਾਰ ਬਿਨਾ ਖਾ ਗਿਆ ਮਿਰਤ ਮੰਡਲ ਵੀ ਡੋਲਾ। ਉਹ ਇੱਕ ਦਿਲ ਦਾ ਟੁਕੜਾ ਸੀ ਉਹ ਦਿਲਦਾਰ ਗੁਣਾ ਦਾ ਗਹਿਣਾ, ਐਸੇ ਦਿਲ ਜਾਨੀ ਦਾ ਔਖਾ ਬਹੁਤ ਵਿਛੋੜਾ ਸਹਿਣਾ। ਦਰਬਾਰ ਸਿੰਘਾ ਮੰਨ ਗਏ ਉਹ ਖੁਸ਼ ਹੋ ਕੇ ਪਾਣਾ, ਇਹ ਕਿਸ ਦੀ ਬਾਬਰ ਹੈ ਨਾ ਸਬਰ ਸ਼ੁਕਰ ਕਰ ਜਾਣਾ। ਉਹ ਆਜੂ ਵੀ ਥੋੜੀ ਸੀ ਪੈ ਗਿਆ ਵਿੱਚ ਰਜਾ ਦੇ ਰਹਿਣਾ, ਪੈ ਗਿਆ ਵਿੱਚ ਰਜਾ ਦੇ ਰਹਿਣਾ, ਐਸੇ ਦਿਲ ਜਾਨੀ ਦਾ ਔਖਾ ਬਹੁਤ ਵਿਛੋੜਾ ਸਹਿਣਾ। ਬਚਪਨ ਦੇ ਵੇਲੇ ਦਿਨ ਰਾਤ ਅੰਗੀਠੇ ਤੇ ਵੇਖੋ ਬੈਠੇ ਰਹਿਣ ਅਕੇਲੇ, ਉਹ ਸੀ ਦਿਲੋਂ ਦਲੇਰ ਬੜੇ ਮੰਨਦੇ ਸੀ ਪੋਰਾ ਵੀ ਪਹਿਲਾਂ, ਮੰਨਦੇ ਸੀ ਪੋਰਾ ਵੀ ਪਹਿਲਾਂ, ਐਸੇ ਦਿਲ ਜੰਨੀ ਦਾ ਔਖਾ ਬਹੁਤ ਵਿਛੋੜਾ ਸਹਿਣਾ। ਦੇ ਦੁਨੀਆ ਨਾ ਜੀਨੂੰ ਚੱਲ ਕੇ ਇਸ਼ਕ ਦੀ ਦੇਵੇਂ, ਇਹ ਮੁੱਢ ਤੋਂ ਦੇਖ ਲਵੋ ਹੁੰਦੀ ਨਾਲ ਆਸ਼ਕਾਂ ਐਵੇਂ। ਉਹ ਇਹ ਰੋਗ ਅਨੋਖੇ ਦਾ ਦਾਰੂ ਤੇ ਡਾਕਟਰ ਵੀ ਹੈ ਨਾ, ਦਾਰੂ ਤੇ ਡਾਕਟਰ ਵੀ ਹੈ ਨਾ, ਐਸੇ ਦਿਲ ਜਾਨੀ ਦਾ ਔਖਾ ਬਹੁਤ ਵਿਛੋੜਾ ਸਹਿਣਾ। ਇੱਕ ਪ੍ਰੇਮ ਕਹਾਣੀ ਉਹ ਬੜੇ ਬਰਾਗੀ ਸੀ ਦੱਸਦੀ ਹੈ ਆਰਫ ਦੀ ਬਾਣੀ। ਉਹ ਸਵਾਮੀ ਦੀ ਯਾਦ ਵਿਖੇ ਆਪੇ ਰੋਣਾ ਤੇ ਹੱਸ ਪੈਣਾ, ਆਪੇ ਰੋਣਾ ਤੇ ਹੱਸ ਪੈਣਾ, ਐਸੇ ਦਿਲ ਜਾਨੀ ਦਾ ਔਖਾ ਬਹੁਤ ਵਿਛੋੜਾ ਸਹਿਣਾ। ਐਸਾ ਪ੍ਰੇਮ ਨਹੀਂ ਗਾ ਡਿੱਠਾ ਜੋ ਪਰਤ ਪੁਰਾਤਾ ਨੇ ਮੰਨਿਆ ਹੁਕਮ ਰਾਮ ਦਾ ਮਿੱਠਾ। ਉਹ ਕਰਨੀ ਕਾਰ ਸੁਰੂ ਜ
ਜਿੱਕਣ ਸੀ ਸਤਿਗੁਰ ਦਾ ਕਹਿਣਾ, ਜਿੱਕਣ ਸੀ ਸਤਿਗੁਰ ਦਾ ਕਹਿਣਾ, ਐਸੇ ਦਿਲ ਜਾਨੀ ਦਾ ਔਖਾ ਬਹੁਤ ਵਿਛੋੜਾ ਸੈਣਾ, ਤੇ ਬੈਣ ਸਮੇਂ ਲਾਗੇ ਦੇਣ ਸੰਗਤ ਨੂੰ ਦਾਤਾ, ਸੰਗਤਾਂ ਨਾ ਕਰਦੇ ਸੀ ਸਾਰੀ ਰਾਤ ਗੁਰੂ ਦੀਆਂ ਬਾਤਾਂ, ਉਹ ਤੜ ਕਿਉਂ ਦੋ ਵੱਜਦੇ ਨੂੰ, ਨਾ ਕੇ ਰੋਜ ਭਜਨ ਤੇ ਬੈਣਾ, ਨਾ ਕੇ ਰੋਜ ਭਜਨ ਤੇ ਬੈਣਾ, ਐਸੇ ਦਿਲ ਜੰਨੀ ਦਾ ਔਖਾ ਬਹੁਤ ਵਿਛੋੜਾ ਸੈਣਾ, ਤੇ ਬੈਣ ਸਮੇਂ ਹੋ ਗਏ ਪ੍ਰਗਟ ਪਰ ਉਪਕਾਰੀ, ਲੋਪੋ ਪੈ ਕੰਬਰਾ ਪੁਰੀ ਸੀਗੀ ਰਾਮ ਸਮਝਦੀ ਸਾਰੀ, ਉਹ ਕੋਈ ਵੀ ਪਰਵਾਸੀ ਵੇਖਿਆ ਬਾਹਰ ਹੁਕਮ ਤੋਂ ਮੈਲਾ, ਵੇਖਿਆ ਬਾਹਰ ਹੁਕਮ ਤੋਂ ਮੈਲਾ, ਐਸੇ ਦਿਲ ਜਾਨੀ ਦਾ ਔਖਾ ਬਹੁਤ ਵਿਛੋੜਾ ਸੈਣਾ, ਬਜ਼ੁਰਗ ਕਿਵੇਂ ਜਿਸਨੇ ਰੋਜ ਪਿਆਰਾ ਵੇਖਿਆ, ਏ ਆਪ ਜਗਿੰਦਰ ਨੇ ਨੈਣਾ ਨਾਲ ਨਜ਼ਾਰਾ ਵੇਖਿਆ, ਉਹ ਸਵਾਮੀ ਦੀ ਸਫਤ ਦੀਆਂ ਕਵਿਤਾ ਵਿੱਚ ਪਰੋਗੇ ਲੈਣਾ, ਕਵਿਤਾ ਵਿੱਚ ਪਰੋਗੇ ਲੈਣਾ, ਐਸੇ ਦਿਲ ਜਾਨੀ ਦਾ ਔਖਾ ਬਹੁਤ ਵਿਛੋੜਾ ਸਹਿਣਾ, ਗੁਰਸੰਗਤ ਜੀਓ ਆਪਾਂ ਇਤਿਹਾਸ ਬੜੇ ਬੜੇ ਸੁਣੇ ਆ, ਕਿਸੇ ਅਵਤਾਰ ਨੂੰ ਨਾ ਜਾਂ ਕਿਸੇ ਫਕੀਰ ਨੂੰ ਨਗਰ ਨੇ ਨਹੀਂ ਮੰਨਿਆ ਪੂਜਿਆ ਹੋਊਗਾ, ਪਰ ਅਸੀਂ ਤਾਂ ਸਵਾਮੀ ਜੀ ਨਾਲ ਤਕਰੀਬਨ ਉਹਨਾਂ ਕੋਲ ਪਲੇ ਹਾਂ, ਉਹਨਾਂ ਨੇ ਸਾਨੂੰ ਪੜ੍ਹਾਇਆ, ਸਭ ਨਜ਼ਾਰਾ ਸਾਡੇ ਨੈਣਾਂ ਨਾਲ ਵੇਖਿਆ ਗਿਆ, ਬਹੁਤ ਸਾਰੀ ਸੰਗਤਾਂ ਵਿੱਚ ਬੈਠੀ ਹੈ ਜਿਨ੍ਹਾਂ ਨੂੰ ਇਹ ਸਾਰੀ ਕਹਾਣੀ ਤਾਜ਼ੀ ਹੈ। ਮਹਾਰਾਜ ਜੀ ਕੋਲ ਇੱਕ ਦਿਨ ਇੱਕ ਸੰਗੀ ਕਹਿੰਦਾ, ਮਹਾਰਾਜ ਹੁਣ ਨਹੀਂ ਤੁਸੀਂ ਕੋਈ ਕਰਾਮਾਤ ਵਿਖਾਈ, ਵੇਖੋ ਪਿਆਰਿਓ ਅਸੀਂ ਜੋ ਬਾਤ ਕਹਾਂਗੇ ਬਰਮ ਸਭਾ ਹੈ, ਤੁਸੀਂ ਸਤਿਗੁਰੂ ਦੇ ਰੂਪਾਂ ਕੋਈ ਮੇੜ ਅਪ ਗੱਲ ਨਹੀਂ ਕਹਾਂਗੇ। ਇੱਕ ਦਿਨ ਸਿੱਖ ਨੂੰ ਸਵਾਮੀ ਜੀ ਨੇ ਵੇਖੋ ਐ ਨਹੀਂ ਵੀ ਮਹਾਰਾਜ ਗੱਦੀ ਤੇ ਬਹਿ ਗਏ ਫਿਰ ਮਾਲਾ ਫੜੀ, ਸੁਣੋ ਉਹ ਗੱਦੀ ਤੇ ਬਹਿਣ ਸਾਰ ਤੇ ਪਹਿਲਾਂ ਕੀ ਸ਼ਕਤੀ ਸੀ। ਇੱਕ ਸਿੱਖ ਨੂੰ ਕਹਿੰਦੇ, ਲੈ ਵੀ ਸਾਨੂੰ ਕੰਮ ਆ ਅਸੀਂ ਕਰਨਾ ਪਹਿਲਾਂ ਦੱਸਤਾ ਮਹਾਰਾਜ ਨੇ, ਅਸਲੀ ਗੱਲ ਨਿਕਲ ਗਈ ਉਹਨਾਂ ਦੇ ਮੂੰਹੋਂ। ਪਿੱਛੋਂ ਕਹਿੰਦੇ, ਨਹੀਂ ਅਸੀਂ ਭਜਨ ਕਰਿਆ ਕਰਨਾ ਅਤੇ ਸਾਡੇ ਬਾਰ ਮੂਹਰੇ ਬੈਠਾ ਰਿਹਾ ਕਰੀ ਇੰਨੇ ਵਜੇ ਤੱਕ। ਉਹ ਸਿੱਖ ਮਹਾਰਾਜ ਦਾ ਪਾ ਕੇ ਹੁਕਮਨਾਮਾ ਫੜ ਕੇ ਡਾਂਗ ਕੇ ਉੱਥੇ ਬੈਠਾ ਰਿਹਾ ਕਰੇ। ਇੱਕ ਦਿਨ ਦੀ ਬਾਤ, ਬਾਰੀ ਜਿਹੜੀ ਸੀ ਨਾ ਮਹਾਰਾਜ ਦੀ ਕੁਟੀਆ ਦੀ, ਉਹ ਖੁੱਲ੍ਹ ਗਈ ਅਤੇ ਹਵਾ ਦੇ ਨਾਲ ਜਦੋਂ ਹਿੱਲੀ, ਉਹ ਸਿੱਖ ਨੇ ਸੋਚਿਆ ਵੀ ਸਵਾਮੀ ਜੀ ਨੇ ਕੋਈ ਬਚਨ ਕਹਿਣਾ ਹੋਊਗਾ। ਉੱਠ ਕੇ ਜਦੋਂ ਬਾਰੀ 'ਚ ਆਇਆ ਨਾ ਅਤੇ ਉਹ ਬੈਠਕ ਵਿੱਚ ਕੀ, ਇੱਕ ਤਾਂ ਸੱਪ ਪਈ ਆ ਮਹਾਰਾਜ ਦੀ, ਇੱਕ ਉੱਤੇ ਭੂਰੀ ਪਈ, ਹੋਰ ਕੁਝ ਨਹੀਂ। ਉਹ ਸਿੱਖ ਵੇਖੀ ਗਿਆ ਵੀ ਹੈ, ਬਾਹਰ ਲੱਗਾ ਬਾਹਰੋਂ ਮੇਰਾ ਕੁੰਡਾ ਲਾਇਆ ਅਤੇ ਅੰਦਰੋਂ ਮਹਾਰਾਜ ਜੀ ਦਾ ਲਾਇਆ, ਤੂੰ ਨਿਕਲ ਕਿੱਥੋਂ ਦੀ ਗਏ। ਉਹ ਹੈਰਾਨ ਹੋਈ ਜਾਂਦਾ, ਚੱਲ ਕਹਿੰਦੇ ਵੀ ਹੁਣ ਤਾਂ ਬਾਰ 'ਚ ਬਹਿ ਜਾਂਦੇ ਆਪਾਂ, ਅੱਜ ਪਾਣੀ ਪੂਣੀ ਵੀ ਨਹੀਂ ਪੀਣ ਜਾਣਾ ਅਤੇ ਅੱਜ ਪੁੱਛਾਂਗੇ ਉਹਨਾਂ ਤੋਂ, ਅੱਗੇ ਤਾਂ ਦੱਸਦੇ ਨਹੀਂ ਨਾ, ਅਤੇ ਆ ਬਾਰੀ ਵੀ ਖੁੱਲ੍ਹੀ ਛੱਡ ਦੇਣੇ ਕਿਵੇਂ ਮੁੱਕਣਗੇ। ਕਹਿੰਦਾ ਮੈਂ ਬਾਰ 'ਚ ਬੈਠਾ ਰਿਹਾ, ਜਦੋਂ ਮਹਾਰਾਜ ਜੀ ਨੇ ਬਾਰ ਖੋਲ੍ਹਿਆ ਅਤੇ ਫਿਰ ਕਹਿੰਦੇ ਮੈਂ ਨਮਸਕਾਰ ਕੀਤੀ ਦਿਲੋਂ। ਉਹ ਮਹਾਰਾਜ ਕਹਿੰਦੇ ਗੱਲ ਸੁਣ, ਅੱਗੇ ਨਿੱਤ ਸਾਡੇ ਨਾਲ ਤੂੰ ਘੁਲਦਾ ਰਹਿੰਦਾ ਅਤੇ ਮਖੌਲ ਕਰਦਾ ਰਹਿੰਦਾ, ਆਹ ਤੈਨੂੰ ਕੌਣ ਦੱਸ ਗਿਆ ਅੱਜ ਮੱਤ, ਅੱਜ ਬੜਾ ਝੁਕ ਝੁਕ ਨਮਸਕਾਰਾਂ ਕਰਦਾ। ਕਹਿੰਦਾ ਜੀ ਗੱਲ ਦੱਸੋ ਪਹਿਲਾਂ ਗਏ ਕਿੱਥੇ ਸੀ ਤੁਸੀਂ। ਮਹਾਰਾਜ ਵੀ ਤਾੜ ਗਏ ਵੀ ਹੈ ਇਹਨੇ ਇਹ ਗੱਲ ਕਿਉਂ ਪੁੱਛੀ। ਮਹਾਰਾਜ ਨੇ ਸੋਚਿਆ ਵੀ ਸ਼ਾਇਦ ਮਹਾਰਾਜ ਦਾ ਵਚਨ ਸੀ ਵੀ ਹੋਣ ਜਗਿਆਸੂ ਜੋ ਤੁਮਾਰੀ ਲੈ ਕੇ ਦੇ ਕਿਤੇ ਮੁੱਲ ਪੈਣਗੇ ਫੁੱਲਾਂ ਦੀ ਮਹਿਕ ਦੇ। ਵੱਡੇ ਸਵਾਮੀ ਜੀ ਕਹਿ ਗਏ ਸੀ ਉਹ ਪੰਡਤਾ ਇੱਥੇ ਬੈਠਾ ਰਹੀ ਤੇਰੇ ਲੈ ਕੇ ਦੇ ਜਗਿਆਸੂ ਆਪਣੇ ਆਪ ਆਉਣਗੇ ਮੈਂ ਭੇਜੂੰਗਾ, ਵੀ ਇਹਦੀ ਨਜ਼ਰ ਨਾ ਕਿਤੇ ਖੁੱਲ੍ਹ ਗਈ ਹੋਵੇ। ਚੱਲ ਕਹਿੰਦੇ ਇਸ਼ਨਾਨ ਕਰੀਏ। ਕਹਿੰਦੇ ਜੀ ਮੈਂ ਨਹੀਂ ਹੱਟੀ ਗੇੜਨੀ ਗੀ, ਇਹ ਕਿਉਂ ਪਹਿਲਾਂ ਇਹ ਦੱਸੋ ਗਏ ਕਿੱਥੇ ਸੀ। ਉਹ ਕਹਿੰਦੇ
ਪੜਿਆ ਮਾਨ ਸਾਹਿਬ ਜੀ ਅੰਦਰ ਅਸੀਂ ਸਿਮਰਨ ਕਰਦੇ ਸੀਗੇ, ਕਹਿੰਦੇ ਜੀ ਅੰਦਰ ਨਹੀਂ ਸੀ ਤੁਸੀਂ, ਉਹ ਕਹਿੰਦੇ ਤੈਨੂੰ ਕਿਵੇਂ ਪਤਾ? ਆ ਕਹਿੰਦੇ ਮੈਂ ਵਿਖਾਵਾਂ, ਆ ਵਾਰੀ ਖੁੱਲੀ ਹੈ ਕਿ ਨਾ, ਮਾਰੂ ਧਿਆਨ ਸਾਰਾ ਕੁਛ ਦਿੰਦਾ ਕਿ ਨਹੀਂ, ਤੁਸੀਂ ਵਿੱਚ ਹੈ ਨਹੀਂ ਸੀ ਅਤੇ ਆ ਇਕੱਲੀ ਸਾਹ ਪਈ ਸੀ, ਆ ਜਾਂ ਤੁਹਾਡੀ ਪੂਰੀ ਸੀ। ਉਹ ਕਹਿੰਦੇ ਵਿੱਚੇ ਸੀ ਵਿੱਚੇ, ਇਹ ਕਹਿੰਦੇ ਹੈਗਾ ਨਾ ਕਿਤੇ ਫਲਾਨਿਆਂ ਦਾ ਦਲਾਨ ਵੀ ਮੈਨੂੰ ਪਤਾ ਨਹੀਂ ਲੱਗਿਆ। ਮਹਾਰਾਜ ਨੇ ਕੀ ਲੈਣਾ, ਚੱਲ ਇਸ਼ਨਾਨ ਕਰੀਏ। ਕਹਿੰਦਾ ਜੀ ਮੈਂ ਨਹੀਂ ਹਲਟੀ ਗੇੜ, ਚੱਲ ਕਹਿੰਦੇ ਅਸੀਂ ਆਪਦੇ ਆਪ ਕਰ ਲਵਾਂਗੇ ਇਸ਼ਨਾਨ। ਕਹਿੰਦੇ ਕਿਵੇਂ ਕਰ ਲਵਾਂਗੇ? ਕਹਿੰਦੇ ਤੁਸੀਂ ਹਲਟੀ ਗੇੜੀ ਜਾਓ, ਕਹਿੰਦੇ ਮੈਂ ਕੁੰਡ ਖਾਲੀ ਕਰੀ ਜਾਊਂਗਾ। ਖੁੱਲ੍ਹੇ ਸਵਾਸ ਉਹ ਅੰਦਰੋਂ ਪਿਆਰ। ਮਹਾਰਾਜ ਕਹਿੰਦੇ ਦੱਸ ਤਾਂ ਮੈਂ ਦੇਵਾਂ ਅਤੇ ਤੂੰ ਗਾਂਹ ਕਰਦੇ ਆ ਗੱਲ। ਐਸੀਆਂ ਗੱਲਾਂ ਵਿਰਚ ਰੱਖੀ ਦੀਆਂ ਹੁੰਦੀਆਂ ਅਤੇ ਮਹਾਰਾਜ ਫਿਰ ਹੋਰ ਵੀ ਨਜ਼ਾਰੇ ਵਿਖਾਉਂਦਾ, ਦਿਲਦਾਰਾਂ ਦਾ ਭੇਤ ਨਹੀਂ ਖੋਲੀਦਾ ਹੁੰਦਾ। ਲੈ ਤੁਝੇ ਖਿਹੜਾ ਕਰਦਾ ਮੈਂ ਤੈਨੂੰ ਦੱਸ ਦਿੰਦਾ। ਕਹਿੰਦੇ ਅਕਾਲ ਪੁਰਖ ਵਿੱਚੋਂ ਜੋਤਾਂ ਮਾਤ ਲੋਕ 'ਤੇ ਹਰ ਵੇਲੇ ਆਈਆਂ ਹੁੰਦੀਆਂ ਧਰਮ ਦੀ ਰੱਖਿਆ ਵਾਸਤੇ। ਕਹਿੰਦੇ ਸੱਚਖੰਡ ਵਿੱਚ ਕਚਹਿਰੀ ਲੱਗਦੀ ਸੀ ਕਈ ਦਿਨਾਂ ਤੋਂ, ਇੱਕ ਬਾਤ ਦਾ ਫੈਸਲਾ ਕਰਨਾ ਸੀ। ਅਕਾਲ ਪੁਰਖ ਨੇ ਸਾਰੀਆਂ ਸਖਤੀਆਂ ਸੱਦੀਆਂ ਅਤੇ ਅਸੀਂ ਅੱਜ ਨਹੀਂ, ਸਾਨੂੰ ਤਾਂ ਹੋ ਗਏ ਮਹਾਰਾਜ ਕਹਿੰਦੇ 7 ਦਿਨ ਜਾਂਦਿਆਂ ਨੂੰ। ਕਹਿੰਦੇ ਅੱਜ ਫੈਸਲਾ ਹੋ ਗਿਆ ਔਰ ਕਰਿਆ ਵੀ ਕਹਿੰਦੇ ਅਸੀਂ। ਕਹਿੰਦੇ ਜੀ ਐਵੇਂ ਤੁਸੀਂ ਕਹਿੰਦੇ ਚਾਹੇ ਤਾਂ ਵਿਖਾਓ। ਲੈ ਕਹਿੰਦੇ ਵੇਖਿਆ, ਹੁਣ ਕਹਿੰਦਾ ਗਾਂਹ ਵਾਲੀ ਗੱਲ ਪੁੱਛਣ ਨੂੰ ਫਿਰ। ਕਹਿੰਦੇ ਜੀ ਫਿਰ ਫੈਸਲਾ ਦੱਸ ਦਿਓ ਕੀ ਹੋਇਆ। ਕਹਿੰਦੇ ਬਸ ਇੰਨੀ ਗੱਲ ਰੱਖ ਸਾਂਭ ਕੇ, ਕਹਿੰਦੇ ਇਉਂ ਮਹਾਰਾਜ ਨੇ ਕਹਿਤਾ ਵੀ ਅਕਾਲ ਪੁਰਖ ਨੇ ਸਾਨੂੰ ਬੁੱਕਰ 'ਚ ਲੈ ਲਿਆ ਘੁੱਟ ਕੇ, ਔਰ ਇਹ ਕਿਹਾ ਵੀ ਸਾਰੀਆਂ ਹਸਤੀਆਂ ਅਸੀਂ ਬੁਲਾਈਆਂ ਵੀ ਇਸ ਗੱਦੀ ਦੀ ਚੜ੍ਹਦੀ ਕਲਾ ਜਾਊ ਇੰਨਾ ਛੋਟੀ ਉਮਰ ਵਿੱਚ ਜੋ ਤੂੰ ਸੱਚਖੰਡ ਦੀ ਕਚਹਿਰੀ ਦੇ ਸਭਾ ਜੀਤ ਹੋ ਕੇ ਗਈ। ਕਹਿੰਦੇ ਹੁਣ ਆਪਾਂ ਨੂੰ ਇੱਕ ਹੋਰ ਵੀ ਹੁਕਮ ਆ ਗਿਆ। ਕਹਿੰਦੇ ਕੀ ਜੀ? ਆਪਾਂ ਨੂੰ ਅਕਾਲ ਪੁਰਖ ਨੇ ਉਹ ਹੁਕਮ ਲਾਤਾ ਜੋ ਦੁਨੀਆ ਸਹਿ ਤਪੱਸਿਆ ਕਰ ਸਕੇ। ਕਲਯੁਗ ਵਿੱਚ ਹੁਣ ਤੇਰੇ ਸਾਹਮਣੇ ਕੋਈ ਸਤਸੰਗ ਕਰਦਾ, ਕੋਈ ਦਾਨ ਕਰਦਾ, ਕੋਈ ਦਸਮਾਂ ਸੋਹਣ ਦਿੰਦਾ, ਕੋਈ ਸੇਵਾ 'ਚ ਕਿਸੇ ਦਾ ਚਿੱਤ ਲੱਗਦਾ। ਕਹਿੰਦੇ ਤੁਸੀਂ ਵੇਖੋਗੇ, ਕਹਿੰਦੇ ਕਿਵੇਂ ਪਰਉਪਕਾਰਾਂ ਦੀ ਅਤੇ ਪ੍ਰੇਮ ਦੀ ਗੰਗਾ ਵਹਿੰਦੀ ਹੈ। ਆਪਾਂ ਨੂੰ ਅਕਾਲ ਪੁਰਖ ਨੇ ਕਹਿੰਦੇ ਹੁਕਮ ਲਾਤਾ ਪਿਆਰੇ। ਕੀ ਹੋਇਆ ਗੁਰੂ ਸੰਗਤ ਜੀ? ਸਾਡੇ 6ਵੇਂ ਪਾਤਸ਼ਾਹ ਦਾ ਜੋ ਗੁਰਦੁਆਰਾ ਹੈ ਨਾ, ਇਹ ਅਧੂਰਾ ਪਿਆ ਸੀ ਅਤੇ ਸਰੋਵਰ ਵੀ ਹਜੇ ਅਧੂਰਾ ਸੀ। ਸਾਡੇ ਇੱਥੇ ਮਹਾਂਪੁਰਸ਼ ਹੋਏ ਆ ਲੋਕੋ ਵਿੱਚ, ਚੰਗੇ ਬ੍ਰਹਮ ਗਿਆਨੀ, ਉਹਨਾਂ ਨੇ ਸਰੋਵਰ ਦੀਆਂ ਇੱਕ ਪਾਸੇ ਪੌੜੀਆਂ ਬਣਾਤੀਆਂ ਸੀ ਅਤੇ ਗੁਰੂ ਸੰਗਤਾਂ ਨੇ ਕਿਹਾ ਜੀ ਵੀ ਤੁਹਾਡੇ ਮਗਰ ਸਾਰਾ ਇਲਾਕਾ ਹੈ, ਸਾਰਾ ਪੱਕਾ ਕਰਾ ਦਿਓ ਖਾਂ। ਉਹ ਕਹਿੰਦੇ ਜੀ ਨਹੀਂ, ਸਾਨੂੰ ਹੁਕਮ ਨਹੀਂ, ਇਹ ਜਿਨ੍ਹਾਂ ਨੂੰ ਹੁਕਮ ਹੈ ਨਾ ਉਹ ਹਸਤੀ ਆ ਗਈ ਹੈ। ਉਹ ਕਹਿੰਦੇ ਜੀ ਕਿੱਥੇ? ਕਹਿੰਦੇ ਲੋਕੋ ਵਿੱਚ। ਕਹਿੰਦੇ ਜੀ ਫਿਰ ਇਹ ਵੀ ਦੱਸ ਦਿਓ ਕਿਹਨਾਂ ਦੇ ਘਰੇ? ਉਹ ਕਹਿੰਦੇ ਉਹ ਨਹੀਂ ਦੱਸਦੇ ਅਸੀਂ, ਨਾ ਨਾ ਦੱਸਣਾ, ਪਰ ਇਹ ਸ਼ਕਤੀ ਜੋ ਨੂਰੀ ਹੁੰਦੀ ਨਾ, ਇਹ ਸਿਪ ਨਹੀਂ ਸ਼ਕਦੀ। ਅਤੇ ਸੁਣੋ ਕਿ ਸਵਾਮੀ ਮਹਾਰਾਜ ਜੀ ਨੇ ਆਪਣੇ ਪ੍ਰਤਾਪ ਨਾਲ, ਨਾਮ ਦੇ ਪ੍ਰਤਾਪ ਨਾਲ ਜਿੱਥੇ ਬੈਠੇ ਹੋ ਉੱਥੇ ਜੰਗਲਾਂ 'ਚ ਮੰਗਲ ਲਾ ਕੇ ਦੇਖਾਂ ਭਲਾ। ਜੀ ਮੈਂ ਜਿੰਨਾ ਲੈ ਬਰਾਮ ਦੀ ਰਾਮਾਂ ਜਾਣੀ, ਜੀ ਮੈਂ ਜਿੰਨਾ ਲੈ ਬਰਾਮ ਦੀ ਰਾਮਾਂ ਜਾਣੀ, ਤੇ ਕਰਦੇ ਮਜਬਾਂ ਸੇ ਮੁਲਾ ਕਾਤ ਨਹੀਂ, ਇਸ ਮੰਜ਼ਿਲ ਦੀ ਸਾਰ ਕੀ ਜਾਣਦੇ ਨੇ, ਤੇ ਪੀਤਾ ਜਿੰਨਾ ਲੈ ਆਬੇ ਹਜਾਤ ਲਾਹੀ, ਮਿਲੂ ਦੇਸ ਅਲਾਹੀ ਦੀ ਖਬਰ ਕਿੱਥੋਂ, ਤੇ ਪਾਈ ਗਲੀ ਮਹਿਬੂਬ ਦੀ ਚਾਤ ਨਹੀਂ, ਡਿੱਬ ਲੈਣਾ ਸੇ ਦਿਸੇ ਦਰਬਾਰ ਸਿੰਘਾ, ਇੱਕੋ ਬਰਮ ਹੈ ਦੂਸਰੀ ਜਾਤ ਨਹੀਂ, ਇੱਕੋ ਬਰਮ ਹੈ ਦੂਸਰੀ ਜਾਤ ਨਹੀਂ।
लाते है भगवान ने इस भूमि नू पाग सारे उगा हो गया ए रहमत दा बाग हो कारी गे मेहरी ओह रैबरी जिते हर वेले लगी रहिंदी सबर जिते किड्डे पाग भूमि दे जगागे वेख लो जंगला च मंगल लगागे वेख लो कारी गे मेहरी ओह रैबरी जिते हर वेले लगी रहिंदी सबर जिते किड्डा पाग भूमि दा जगागे वेख लो जंगला च मंगल लगागे वेख लो भूमि सी पयानक बड़ी कारी गे नजर गुरु नानक बड़ी सारे दिन के तल बलागे वेख लो जंगला च मंगल लगागे वेख लो महाराज सी बड़ा कित रहे गुरु दा प्रेम हर बाकित रहे ओ जाद बेच जिंदगी बतागे वेख लो जी बतागे वेख लो जंगला च मंगल बलागे वेख लो ਗਿਆਪ ਕੰਬਰ ਨਵਾਂ ਕੋਈ ਵੀ ਬਸ ਤੇ ਹੋਣ ਦਿੱਤੇ ਨੀ ਜਾਵਾਂ ਉਹ ਹੱਥੀ ਲੋੜ ਮੰਦਾਂ ਨੂੰ ਲਟਾਵੇ ਵੇਖ ਲੋ ਜੀ ਲਟਾਵੇ ਵੇਖ ਲੋ ਜੰਗਲਾਂ ਚ ਮੰਗਲ ਬਣਾਵੇ ਵੇਖ ਲੋ ਇਸ ਤਾਮ ਦੀ ਸ਼ਕਲ ਹੋਰ ਸੀ ਸਕਲ ਹੋਰ ਸੀ ਦਵਾਰਕਾ ਦੇ ਬਨੂ ਨਕ ਸ਼ਾਮ ਨੋਰ ਸੀ ਉਹ ਫੇਰ ਕੈਸੀ ਰਚਨਾ ਰਚਾਗੇ ਵੇਖ ਲੋ ਜੀ ਰਚਾਗੇ ਵੇਖ ਲੋ ਜੰਗਲਾਂ ਚ ਮੰਗਲ ਬਲਾਗੇ ਵੇਖ ਲੋ ਕਸਤੂਰੀਆਂ ਰਹਿਣ ਕੱਜੀਆਂ ਹਰ ਵੇਲੇ ਮਹਿਫਲਾਂ ਰਹਿਣ ਸਜੀਆਂ ਉਹ ਪਾਵਨ ਪੈਰੀ ਤਾਂ ਕਿਵੇਂ ਪਾਗੇ ਵੇਖ ਲੋ ਜੀ ਆ ਕੇ ਪਾਗੇ ਵੇਖ ਲੋ ਜੰਗਲਾਂ ਚ ਮੰਗਲ ਰਚਾਗੇ ਵੇਖ ਲੋ ਨਿਤ ਸਿੰਘ ਜੋ ਲਗਾਗੇ ਹਾਲਟੀ ਹੈਗੀ ਏ ਗੰਗੋਤਰੀ ਸਗਲ ਪਾਲਟੀ ਓ ਆਪ ਜਿਹੜੀ ਬੌਲੀ ਤੇ ਨਹਾਗੇ ਵੇਖ ਲੋ ਜੀ ਨਹਾਗੇ ਵੇਖ ਲੋ ਜੰਗਲਾਂ ਚ ਮੰਗਲ ਬਣਾਗੇ ਵੇਖ ਲੋ ਕੀਤੀ ਗੰਗਾ ਜੋ ਪਤਾਲ ਦੀ ਹਰ ਕੀਆਂ ਪੌੜੀਆਂ ਦੇ ਬਗੇ ਨਾਲ ਦੀ ਉਠਾ ਕੇ ਤੀਆਂ ਗੋਪਤ ਬਖਾਗੇ ਵੇਖ ਲੋ ਜੰਗਲਾਂ ਚ ਮੰਗਲ ਬਲਾਗੇ ਵੇਖ ਲੋ ਬੜਾ ਸੁੰਦਰ ਚਮਨ ਸੀ ਵਿੱਚ ਮਹਾਰਾਜ ਕਰਦੇ ਗਮਨ ਸੀ ਉਹ ਜਿੱਥੇ ਉਹ ਸਰੋਵਰ ਸਜਾਗੇ ਵੇਖ ਲੋ ਜੀ ਸਜਾਗੇ ਵੇਖ ਲੋ ਜੰਗਲਾਂ ਚ ਮੰਗਲ ਰਚਾਗੇ ਵੇਖ ਲੋ ਪਤਾ ਇਸ ਗੱਲ ਦਾ ਸੰਗਤ ਸਾਰੀ ਨੂੰ ਰੱਖਦੇ ਸੀ ਕੋਲੇ ਗਿੰਦਰ ਲਿਖਾਰੀ ਨੂੰ ਉਹ ਕਾਵਿਤਾ ਚ ਫਿਲਮ ਬਲਾਗੇ ਵੇਖ ਲੋ ਜੀ ਬਲਾਗੇ ਵੇਖ ਲੋ ਜੰਗਲਾਂ ਚ ਮੰਗਲ ਬਲਾਗੇ ਵੇਖ ਲੋ ਮਹਾਰਾਜ ਜੀ ਆਪਣੇ ਜਿੱਥੇ ਨੂੰ ਨਜ਼ਰ ਦੌਲਤ ਬਖਸ਼ਦੇ ਹੈ ਅਤੇ ਸਾਡੇ ਵੱਡੇ ਵੀਰ ਵਿਚਿੱਤਰ ਸਿੰਘ ਆਪਣੇ ਵੀਰਾਂ ਨੂੰ ਇਨਾਮ ਦਿੰਦੇ ਹੈ ਅਤੇ ਧੰਨਵਾਦ ਕੀਤਾ ਜਾਂਦਾ ਲੈ ਗੁਰਸੰਗਤ ਜੀਓ
प्रसादा पकाउण वालियां माइयां दूजी बेर फिर गुरु के क्षेत्र च माया भेजदियां। अति धन्नवाद कीता जांदा ढेर लाते सतगुरु जी थोड़ा दान श्रद्धा प्रवान कर जेड़े पासे वेख लोक माला कर गए सदरों पैताली किले को तार गए जी किले को तार गए जेड़े पासे वेख लोक माला कर गए मसाहूर ही रहु इथे रब हाजर हजूर ही रहु ओ एडे एडे देके ओ गद्दी नू बार गए जेड़े पासे देख लो कमाला कर गए हैरान हो गया रचना उत्या चढ़ी जांदे फुल वेखो बचना उते ओ पता नहीं की सिखा च करंट पार गए जी करंट पार गए जेड़े पासे वेख लोक मल्ला कर गए सिखा ते लागे ओ कसौटिया अंग संग जान के बजान डटिया ओ जेड़े ओ तो प्रेम दा सावे ते पड़ गए जेड़े पासे वेख लोक मल्ला कर गए कंबरे प्रेम नगर लोकी बड़ा पूज दे फरन मगर ओ जिथे जिथे पात सा चारन तार गए जी चारन तार गए जेड़े पासे वेख लोक मला कर गए उन्ना दे चमत्कार नवी लीला कीती पहलिया अवतारा ओ सारिया तो लख सेल राले कर गए जेड़े पासे देख लो कमला कर गए स्वामी तो सिंगा ने वार प्या सारिया तो पहला तीर्थ समार ओ किले गोर द्वारा ते छतर चढ़ गए जेड़े पासे देख लो कमला कर गए जोड़ गए करोड़ा दुनिया बाणा बिच लाइया मैं फलानी सुनिया ओ लग गईया रौनक जिथे भी खड़ गए जेड़े पासे देख लोक माला कर गए संत कोले कला दूवें सी एह अवतार शांति दे सुम सी ओ बेखो दल तप दे करोड़ा ठार गए जी करोड़ा ठार गए जेड़े पासे वेख लोक मला कर गए गरीबां एहो सी चल दे हर वेले जिन्ना दे लंगर चल दे ओ दातिया दी मेहर दे बदल बर गए जेड़े पासे वेख लोक मला कर गए अवतार सारिया दे सांझे सी होर किने फेर ने सरत मांझे सी ओ पट जात पात दी जमाही जाड़ी गए जी जमाही जाड़ी गए जेड़े पासे देख लोक मला कर गए स्टेजा उपर खड़ोए सारी दुनिया दे सवाजीत होए ओ बड़े बड़े पंडित चरण फड़ गए जी चरण फड़ गए जेड़े पासे देख लोक मला कर गए काम कलानी किसे चुमनी जी किसे चुमनी सब तासी बड़े सरां दे सरोमनी ओ कैसे कैसे पानी च संगार पार गए जेड़े पासे देख लोक मला कर गए मुकुलाम साल पेरिया
ਕਮਲਾਂ ਦੀ ਤੇਰਿਆਂ ਕਮਲਾਂ ਦੀ ਅਜੇ ਸੀ ਉਮਰ 47 ਸਾਲਾਂ ਦੀ ਉਹ ਇੰਨੀ ਛੇਤੀ ਕਰ ਕੇ ਸਵਾਮੀ ਕਰ ਗਏ ਜੀ ਸਵਾਮੀ ਕਰ ਗਏ ਜਿਹੜੇ ਪਾਸੇ ਵੇਖ ਲੋ ਕਮਲਾਂ ਕਰ ਗਏ ਸਾਜਰਾ ਸਮਾਨ ਸੀ ਗੰਭੀਰ ਦਿਲ ਦੇ ਬਾਦਸ਼ਾਹ ਦਾ ਬਾਦਸ਼ਾਹ ਫਕੀਰ ਦਿਲ ਦੇ ਉਹ ਦਿਲਾਂ ਦੀਆਂ ਗੱਲਾਂ ਨੂੰ ਦਿਲਾਂ ਚ ਜਰ ਗਏ ਜੀ ਦਿਲਾਂ ਚ ਜਰ ਗਏ ਜਿਹੜੇ ਪਾਸੇ ਦੇਖ ਲੋ ਕਮਲਾਂ ਕਰ ਗਏ ਦੁਨੀਆਂ ਦੇ ਪਾਪਾਂ ਦੇ ਪਹਾੜ ਚੱਕ ਕੇ ਤੁਰ ਗਿਆ ਸੀਸ ਦੇ ਉੱਪਰ ਰੱਖ ਗਏ ਉਹ ਐਤਨੇ ਸਰੀਰ ਤੇ ਕਾਸਟ ਜਰ ਗਏ ਜਿਹੜੇ ਪਾਸੇ ਦੇਖ ਲੋ ਕਮਾਲਾਂ ਕਰ ਗਏ ਜਾਂਦਿਆ ਚ ਤਾਰੇ ਗੁਣ ਦੋਸ ਮਗਰ ਨਿੰਦਕਾਂ ਨੇ ਕੀਤੇ ਅਫਸੋਸ ਮਗਰ ਉਹ ਪੱਥਰਾਂ ਦੇ ਦਿਲ ਦਿਲ ਗੀਰੀ ਫੜ ਗਏ ਦਿਲ ਗੀਰੀ ਫੜ ਗਏ ਜਿਹੜੇ ਪਾਸੇ ਦੇਖ ਲੋ ਕਮਾਲਾਂ ਕਰ ਗਏ ਕਰ ਕਰਕੇ ਅਲੱਗ ਰੋਇਆ ਸੀ ਇਹੋ ਹਾਲ ਜੁਦਿਆਪੁਰੀ ਦਾ ਹੋਇਆ ਸੀ ਉਹ ਲੋਕੀ ਸਾਧੂ ਬਣ ਕੇ ਬਣਾ ਚ ਬੜ ਗਏ ਜੀ ਬਣਾ ਚ ਬੜ ਗਏ ਜਿਹੜੇ ਪਾਸੇ ਦੇਖ ਲੋ ਕਮਾਲਾਂ ਕਰ ਗਏ ਪ੍ਰੇਮ ਬਤਾ ਦਿਲ ਜਾਨੀਆਂ ਬਰਮ ਗਿਆਨੀਆਂ ਅੱਜ ਲੱਖਾਂ ਮੀਰਾਂ ਕਰ ਗਿਆ ਦੀਵਾਨੀਆਂ ਉਹ ਕਿਹਦੇ ਹਾਲ ਹੋਏ ਨੀ ਭਾਰਥ ਬਰ ਗਏ ਜੀ ਭਾਰਥ ਬਰ ਗਏ ਜਿਹੜੇ ਪਾਸੇ ਦੇਖ ਲੋ ਕਮਾਲਾਂ ਕਰ ਗਏ ਜੂ ਨਹੀਂ ਬਰਤਨ ਤੇ ਆਖ ਦੇ ਐਦੂੰ ਗਹਾਂ ਗਿੰਦਰਾ ਬੇਅੰਤ ਆਖ ਦੇ ਹੋ ਬੜੇ ਬੜੇ ਕਰ ਦੇ ਸਫਤ ਹਰ ਗਏ ਬਈ ਸਫਤ ਹਰ ਗਏ ਜਿਹੜੇ ਪਾਸੇ ਦੇਖ ਲੋ ਕਮਾਲਾਂ ਕਰ ਗਏ ਇਹ ਫਿਰ ਜਦੋਂ ਪ੍ਰੀਤਮ ਪਿਆਰਾ ਸੰਗਤਾਂ ਤੋਂ ਓਹਲੇ ਹੋਏ ਸਭ ਦੇ ਮਨਾਂ ਨੂੰ ਕਿਹੜਾ ਹਲੂਣਾ ਵੱਜਿਆ ਇਹ ਤਾਂ ਨੂਰੀ ਪਿਆਰ ਸੀ ਕਿਉਂ ਨਾ ਹਲੂਣਾ ਵੱਜਦਾ ਗੁਰੂ ਸੰਗਤ ਜੀ ਹਕੀਕੀ ਪ੍ਰੇਮ ਵਾਲਿਆਂ ਦੀ ਵੇਖ ਲਓ ਇਹੀ ਮੰਜ਼ਿਲ ਹੈ ਦੂਜੀ ਗੱਲ ਨਾ ਸਮਝੋ ਨਿਸ਼ਾਨਾ ਇੱਕ ਹੈ ਜਿਹੜੇ ਹੋਏ ਨਾ ਹਕੀਕੀ ਆਸ਼ਕ ਅਤੇ ਇਹਨਾਂ ਦੇ ਪਿਆਰ ਨੂੰ ਰੱਬ ਨੇ ਨੂਰੀ ਆਸ਼ਕਾਂ ਦੇ ਨਾਲ ਤੋਲਿਆ ਮੈਂ ਉਦਾਹਰਨ ਦਿੰਦਾ ਜਦੋਂ ਹੀਰ ਰੂਹ ਖੇੜਿਆਂ ਨੂੰ ਉੱਠ ਗਈ ਸੀ ਅਤੇ ਰਾਂਝੇ ਕੋਲ ਉਹੀ ਬੰਸਰੀ ਸੀ ਉਹੀ ਚੰਗ ਸਿਆਲ ਸੀ ਉਹੀ ਝਨਾ ਸੀ ਉਹੀ ਸਭ ਹਾਣੀ ਸੀ ਉਹੀ ਬੇਲਾ ਸੀ ਉਹ ਪਿਆਰੇ ਉਹ ਕਿਉਂ ਨਹੀਂ ਚੰਗਾ ਲੱਗਿਆ ਉਹਦੀ ਦੁਨੀਆ ਉੱਜੜ ਗਈ ਸੀ ਉੱਧਰ ਵੇਖੋ ਹੀਰ ਬਾਦਸ਼ਾਹ ਦੇ ਘਰੇ ਸੀ ਬਾਗ ਬੰਗਲਿਆਂ 'ਚ ਬੈਠੀ ਸੀ ਉਹਦਾ ਹਰ ਵੇਲੇ ਰਾਂਝੇ ਵੱਲ ਧਿਆਨ ਸੀ ਉਹਨੂੰ ਯਾਰ ਉਹ ਮਹਿਫਲਾਂ ਦੀਆਂ ਸੀ ਸਵਾਮੀ ਜੀ ਨੇ ਇੱਕ ਸ਼ੇਰ ਲਿਖਿਆ ਬਸਤਾ ਦਾ ਉਹ ਗੈਨ ਗਮਾਂਦੇ ਰਾਂਝਣਾ ਰੋਗ ਲੱਗਿਆ ਤੇ ਕੈਦੀ ਖੇੜਿਆਂ ਨੇ ਕਰ ਲਈ ਹੀਰ ਤੇਰੀ ਮਹਾਰਾਜ ਨੇ ਹੀਰ ਆਤਮਾ ਨੂੰ ਕਿਹਾ ਤੇ ਖੇੜੇ ਸਰੀਰ ਨੂੰ ਕਿਹਾ ਗੈਨ ਗਮਾ ਦੇ ਰਾਂਝਣਾ ਰੋਗ ਲੱਗਿਆ ਤੇ ਕੈਦੀ ਖੇੜਿਆਂ ਨੇ ਕਰ ਲਈ ਹੀਰ ਤੇ ਰਾਜ ਮੈਂ ਫੁਲਾਹਾਂ ਦਿਸਨੇ ਉਜਾੜ ਮੈਨੂੰ ਇੱਕ ਦਿਸੇ ਨਾ ਜਿੱਥੇ ਤਸਵੀਰ ਤੇ ਕੀਦੇ ਕੋਲ ਮੈਂ ਦਿਲਾਂ ਦੇ ਦੁੱਖ ਫੋਲਾ ਕਿਸੇ ਨਾਲ ਨਾ ਮਿਲੇ ਜ਼ਮੀਰ ਤੇਰੀ ਸੋਡੀ ਯਾਦ 'ਚ ਬੈਠੇ
दरबार सिंगा ते ले जाऊगी जा देखीर तेरी। स्वामी जी दे विछोड़े ने गुरसंगतां दे दिलां नूं फकीर कीता, सुनो भला कैसे। बे बहुत औखा दर जाया शकांदा ते ज्यों दे जग बलियों मर जाई दाए गाल पैन कफली ते हाथ पकड़ का सा दर दर ते अलख जगाई दाए होए तीर तलवार दे फट नालों ते औखा सहना दर्द जुदाई दाए इको दीद बदले दरबार सिंगा ते पहला अपना आप गुआई दाए। बेपरवाह नाल दिल लगे जाग रही ना हो अर्ज सुने चै ना सुने की कंगलियां दा जोर हो ऐसा प्रेम स्वामी पाके सानू उठ गया है तड़पा के गेड़े किधर पालिए जाके दिसे द्वार कोई ना फिर मिलन दा करया काल यार कोई ना ओ दसदा नहीं परीत में अरसी जांदे लैल संगत दे तरसी दसदा नहीं परीत में अरसी जांदे लैल संगत दे तरसी हंजू जाल बैराग च बरसी खुशी दतार कोई ना फेर मिलन दा करिया कौल किरार कोई ना। प्रेम बाग दा माली गई रूह तो उड खुशहाली तुर गया प्रेम बाग दा माली गईया हो गुलजारा खाली उड़गी रूहां तो खुशहाली रही बहार कोई ना फिर मिलन दा करया काल किरार कोई ना। ओ सीजे संगता नू तरसाउणा इन्ना प्रेम नहीं सी पौना थोड़े वर्गा फिर थे आउणा हुण अवतार कोई ना फिर मिलन दा करया कौल किरार कोई ना। सजना मात लोक सी चौंदार हां रमजाना समझौंदा तेरे प्यारिया नू पर आउंदा सीत बार कोई ना फिर मिलन दा करया कौल किरार कोई ना। ओ सिप गया सूरज चानन लै गया नेरा गुर संगतां विच पै गया छिप गया सूरज चानन लै गया नेरा गुर संगतां विच पै गया उसरिया राज दिलां दा टह गया रिहायदार कोई ना रिहायदार कोई ना फेर मिलन दा करिया कौल किरार कोई ना। स्वामी दरबारा सिंह जैसे मिलने फेर पैगंबर कैसे किते होर किसे ने ऐसे पर उपकार कोई ना फेर मिलन दा करिया कौल किरार कोई ना। ओ मिलने मुश्किल बर्म ज्ञानी ऐसे संत सूर मेदानी बड़ा बजोग तेरा दिल जानी सके सहार कोई ना सके सहार कोई ना फेर मिलन दा करिया कौल किरार कोई ना। सी जो नेड़े हर दम याद करने गुण तेरे सब कोई बात तुम्हारी सेड़े होर विचार कोई ना
फेर मिलन दा करया काल करार कई ना। ओ सुनला पिया इलाका होया कर कर जाद गुणा नू रोया, इन्ना होर किसे दा होया जी सत्कार कोई ना। फेर मिलन दा करया काल करार कोई ना।